ਅਮਰਜੀਤ ਸਿੰਘ ਅੰਬਰੀ, ਅਧਿਅਕਸ਼ ਭਾਰਤੀ ਜਨਤਾ ਪਾਰਟੀ ਜਲੰਧਰ ਦਿਹਾਤੀ। ਮੈਂ ਪੰਜਾਬ ਨਿਵਾਸੀਆਂ ਨੂੰ ਬੰਦੀ ਛੋੜ ਕੇ ਬਸ ਉਹ ਦਿਵਾਲੀ ਦੀ ਵਧਾਈ ਦੇਣਾ ਚਾਹੁੰਦਾ, ਕਿਉਂਕਿ ਇੱਕ ਸਾਡਾ ਖੁਸ਼ੀਆਂ ਦਾ ਤਿਉਹਾਰ ਹੈ, ਸਾਡੇ ਗੁਰੂ ਸਾਹਿਬਾਂ ਦੀ ਸਾਡੇ 'ਤੇ ਮਿਹਰ ਹੋਈ ਹੈ, ਇਸ ਕਰਕੇ ਅਸੀਂ ਪੰਜਾਬ 'ਚ ਅੱਜ ਖੁਸ਼ੀਆਂ ਮਨਾਉਂਦੇ ਪਏ ਹਾਂ। ਅਸੀਂ ਕਿਉਂਕਿ ਇਹ ਸਾਲ ਬਾਬੇ ਨਾਨਕ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮੰਗਾਂਗਾ 550 ਸਾਲਾਂ, ਉਹਦੀ ਵੀ ਮੈਂ ਆਪਣੇ ਪੰਜਾਬ ਦੇ ਨਿਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ। ਦੁਨੀਆਂ ਦੇ ਹਰ ਕੋਨੇ ਜਿੱਥੇ ਗੁਰੂ ਨਾਨਕ ਨਾਮ ਦੇਵਾ ਬੈਠਾ, ਉਹਨਾਂ ਸਭ ਨੂੰ ਬਹੁਤ ਬਹੁਤ ਵਧਾਈ। ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ, ਹੇ ਸੱਚੇ ਪਾਤਸ਼ਾਹ, ਸਾਡਾ ਪੰਜਾਬ ਹੱਸਦਾ ਵੱਸਦਾ ਰਹੇ, ਇਸ ਨੂੰ ਕਿਸੇ ਦੀ ਨਜ਼ਰ ਨਾ ਲੱਗੇ, ਸਾਡੇ ਪੰਜਾਬ ਅਤੇ ਪੰਜਾਬੀਆਂ ਦੇ ਘਰਾਂ 'ਚ ਅੱਗੇ ਨਾਲ ਜ਼ਿਆਦਾ ਖੁਸ਼ੀਆਂ ਆਉਣ। ਅੱਜ ਦੇ ਦਿਨ 'ਤੇ, ਮੈਂ ਦਿਵਾਲੀ ਦੇ ਦਿਨ 'ਤੇ, ਬੰਦੀ ਛੋੜ ਦਿਵਸ 'ਤੇ, ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਉਤਸਵ 'ਤੇ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।